डाउनलोड टक ऐप। जीत गए जी। अरे भाई साहब, लीजिए, जीत गए जी, मुबारक हो जी, खाइए। जीत गए जी। अरे, लीजिए, आप भी लीजिए, खाइए मिठाई, खाइए, मुबारक हो जी। जीत गए जी। अमरमुजी, हेलो, मुबारक हो जी, मुबारक। खुशखबरी है जी। शर्मा जी, मतलब सही दसवीं सी में उस दिन बिल्डिंग किन्नी भी हो पुरानी, पर फुट फुट के निकल रही है जवानी। फार्म जी, कदी ते बाव द बेल्ट भी सोच लिया करो जी। मैं कह रही सी आपकी जीत हुई है। हाँ जी, मेरी जीत हुई है। हाय, किट्टी में जीत गई मैं, बड़ी खुशी हुई जी। कोई भी हो अपडेट, वर्मा जी तुसी हर जगह हो लेट। मैं कह रही सी इलेक्शन दे रिजल्ट आ गए हैं जी, झाड़ू दी जीत हुई है। हाँ जी, खाओ। शर्मा जी, ए लड्डू ना आप ही खाओ, वैसे भी ना फ्री दी चीजें ज्यादा हजम नहीं होंदी मैनू। अच्छा जी, तो ऐ गल है, उस पार्टी दे हो जी तुसी। चंगा है जी, चलो, किसी दे ते अच्छे दिन आए। तुक्का तो आ गए जी, वरना अच्छे दिन और स्वच्छ भारत लाने वाला तो एक ही बंदा आएगा। मोए मर गए स्वच्छ जी, ओ वेखो जी उत्थे अंटीलिया बना पया कूड़े दा जी। सर्दी विच इन्नी नाक ब्लॉक नहीं होंदी जिन्नी नालियां ब्लॉक होई पई है, सारे देश विच किचड़ पाया हुआ है। शर्मा जी, किचड़ च ना कमल खिलदा है। फार्म जी, ਤੁਸੀਂ ਨਾ ਮੈਨੂੰ ਇੱਕ ਗੱਲ ਦੱਸੋ ਜੀ, ਓਨੈਸਟਲੀ ਦੱਸੋ। ਹਾਂਜੀ, ਬਤਾਓ। ਤੁਸੀਂ ਉਸ ਦਿਨ ਆਪਣੇ ਨਿਆਣ ਦੇ ਘਰ ਗਏ ਸੀ ਜੀ? ਹਾਂਜੀ, ਗਏ ਸੀ। 786 ਬੱਸ ਪਕੜ ਕੇ ਗਏ ਸੀ ਜੀ? ਹਾਂਜੀ, ਗਏ ਸੀ। ਫ੍ਰੀ ਚ ਗਏ ਸੀ ਜੀ? ਹਾਂਜੀ। ਆਹੋ, ਐ ਤੇ ਗੱਲ ਹੈ ਜੀ, ਕਿਸ ਨੇ ਫ੍ਰੀ ਕਰਾਇਆ ਜੀ? ਝਾੜੂ ਨੇ, ਇੰਨਾ ਕਰਦਾ ਜੀ, ਸਭ ਦੇ ਲਈ ਇੰਨਾ ਕਰਦਾ। ਸ਼ਰਮਾ ਜੀ, ਅਸੀਂ ਵੀ ਨਾ ਕੋਈ ਟੱਟ ਪੁੰਜੇ ਵਿਕਾਰੀ ਨਹੀਂ ਹੈਗੇ ਜੀ, ਜੇ ਫ੍ਰੀ ਦੀ ਚੀਜ਼ਾਂ ਲਪੇਟੀ ਜਾਏ ਅਗਲੀ ਵਾਰ ਨਾ ਉਸ ਕੰਡਕਟਰ ਨੂੰ 10 ਰੁਪਏ ਫੜਾ ਦਾਂਗੇ। ਆਪ ਨਾ ਇੱਕ ਗੱਲ ਯਾਦ ਰੱਖਣਾ, ਇੱਕ ਹੀ ਬੰਦਾ ਹੈਗਾ ਜੀ ਜੋ ਫਲਾਈਟ ਕੈਚ ਕਰ ਕਰਕੇ ਸਵੇਰ ਸ਼ਾਮ ਜਾਂਦਾ ਰਹਿੰਦਾ ਹੈ, ਚਾਹੇ ਅਮਰੀਕਾ ਦਾ ਟਰੰਪ ਹੋ ਜਾਂ ਦੁਬਈ ਦਾ ਸ਼ੇਖ, ਸਭ ਦੇ ਨਾਲ ਕਰਦਾ ਹੈ ਜੀ ਹੈਂਡ ਸ਼ੇਕ। ਉਹ ਜੀ, ਇਹਨੂੰ ਹੀ ਤਾਂ ਕਹਿੰਦੇ ਹੈ ਟੋਟਲ ਫੇਕ। ਰਹਿਣ ਦਿਓ ਜੀ, ਫੋਰ ਗੋਡ ਸੇਕ ਜੀ, ਸਭ ਦਿਖਾਵਾ ਹੈ ਜੀ, ਦਿਖਾਵਾ ਡੋਂਗੀ। ਜਿਹੜੀ ਥਾਂ ਜਾਓ ਉਹਦਾ ਹੀ ਚਿਹਰਾ ਦਿਸਦਾ ਹੈ ਜੀ, ਬਿਜਲੀ ਦੇ ਖੰਭੇ, ਪੈਟਰੋਲ ਪੰਪ, ਜਗ੍ਹਾ ਜਗ੍ਹਾ ਪੋਸਟਰ ਹੀ ਪੋਸਟਰ ਪਾਏ ਹੋਏ ਹੈ। ਬਾਈ ਗੋਡ ਦੱਸ ਰਹੀ ਹਾਂ, ਮੈਂ ਇੰਨਾ ਚਿਹਰਾ ਵੇਖ ਲਿੱਤਾ ਹੈ ਜੀ, ਮੈਂ ਕਿ ਕਦੀ ਕਦੀ ਤਾਂ ਮੈਨੂੰ ਗੋਲੂ ਦੇ ਪੌਵ ਦੇ ਚਿਹਰੇ 'ਚ ਵੀ ਉਹੀ ਦਿਸਦਾ ਹੈ। ਇੱਕ ਵਾਰੀ ਤਾਂ ਮੈਂ ਕਹਿ ਵੀ ਬੈਠੀ ਸੀ ਜੀ, ਮਿੱਤਰੋ ਸ਼ਾਲੂ ਜੀ। ਹਾਂਜੀ, ਉਹ ਤਾਂ ਸਿਰਫ ਦਿਸਦਾ ਹੈ, ਤੁਹਾਡਾ ਵਾਲਾ ਤਾਂ ਸਿੱਧਾ ਕਾਲ ਹੀ ਕਰਦਾ। ਨਮਸਕਾਰ, ਮੈਂ ਬੋਲ ਰਿਹਾ ਹਾਂ, ਆਇਆ ਵੱਡਾ। ਬਤਾਓ ਜੀ, ਕਿੰਨਾ ਪਰਸਨਲ ਟੱਚ ਦੇਣਾ ਹੈ, ਇੱਕ ਇੱਕ ਕਰਕੇ ਸਭ ਨੂੰ ਕਾਲ ਕਰਦਾ ਜੀ, ਰਿਸਪੈਕਟਫੁਲੀ। ਪਹਿਲੇ ਕਾਲ, ਫਿਰ ਮੀਟ, ਫਿਰ ਗ੍ਰੀਟ, ਤਾਂ ਵਿਕਟਰੀ ਟ੍ਰੀਟ। ਤੁਸੀਂ ਕ੍ਰੋਨੋਲੋਜੀ ਸਮਝੋ ਜੀ। ਸ਼ਰਮਾ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪ੍ਰੋਪਾਗੈਂਡਾ ਹੈ ਜੀ ਸਾਰਾ, ਪ੍ਰੋਪਾਗੈਂਡਾ। ਮਾਈਂਡ ਮਤ ਕਰਨਾ, ਪਰ ਪਾਰਟੀ ਤਾਂ ਕੋਈ ਵੀ ਦੂਰ ਦੀ ਦੁਲੀ ਨਹੀਂ ਹੈਗੀ, ਸਭ ਦੇ ਆਪਣੇ ਆਪਣੇ ਸਿਆਪੇ ਹੈਗੇ ਜੀ। ਕਰੈਕਟ ਕੀਤੀ ਹੈ ਗੱਲ ਤੁਸੀਂ ਵਰਮਾ ਜੀ, ਦਿਸ ਟਾਈਮ ਆਈ ਐਗਰੀਜ਼ ਵਿਦ ਯੂ। ਮਤਲਬ ਇੰਨਾ ਬੇੜਾ ਕਰ ਕਰ ਰੱਖਾ ਇਨ ਲੋਗੋ ਨੇ, ਇੰਨੀ ਲੜਾਈਆਂ ਪਾਈ ਹੋਈਆਂ, ਹੁਣ ਸਾਨੂੰ ਹੀ ਵੇਖ ਲਓ, ਲੜਦੇ ਪਏ ਹਾਂ ਆਪਾਂ। ਵੈਸੇ ਨਾ ਜੀ, ਸ਼ੋਸ਼ਾ ਹੈ ਇਹ ਸਾਰਾ, ਸ਼ੋਸ਼ਾ ਜਿੰਨਾ ਮਰਜ਼ੀ ਕਰਾ ਲਓ, ਕਾਮ ਦੇ ਟਾਈਮ 'ਤੇ ਨਾ ਇਨ ਸਭ ਨੂੰ ਟੱਟੀਆਂ ਲੱਗ ਜਾਂਦੀਆਂ ਜੀ। ਅਬ ਸਰਕਾਰ ਕਾ ਕਿਆ ਹੈ, ਆਜ ਇਸ ਦੀ ਕੱਲ ਉਸ ਦੀ, ਮਤਲਬ ਕਿਆ ਕਰ ਸਕਦੇ ਹੈ ਜੀ, ਆਪਾਂ ਨੇ ਤਾਂ ਹਾਰਮਨੀ ਬਣਾ ਕੇ ਰੱਖਣੀ ਹੈ ਜੀ। ਕਰੈਕਟ ਹੈ ਜੀ, ਕੋਈ ਵੀ ਹੋਵੇ, ਝਾੜੂ ਹੋਵੇ ਜਾਂ ਪੋਚਾ ਹੋਵੇ, ਕਿਚੜ 'ਚ ਫੂਲ ਹੋਵੇ ਜਾਂ ਬਲੱਡੀ ਫੂਲ ਹੋਵੇ, ਸਾਡਾ ਕਲਿਆਣ ਹੋਵੇ ਜੀ ਬਸ। ਹਾਂਜੀ, ਬਾਕੀ ਸਾਨੂੰ ਕੀ ਜੀ? ਸਾਨੂੰ ਕੀ? ਹੁਣ ਇਸ ਗੱਲ 'ਤੇ ਮਿਠਾਈ ਖਾਓ ਜੀ ਤੁਸੀਂ, ਲੱਡੂ ਤਾਂ ਖਾਏ ਨਹੀਂ ਤੁਸੀਂ, ਹੁਣ ਡੋਡਾ ਹੀ ਖਾਓ ਜੀ। ਆਪ ਵੀ ਜੀ ਮੂੰਹ ਮਿੱਠਾ ਕਰੋ ਜੀ, ਤੁਸੀਂ ਵੀ ਜੀ। ਹੁਣ ਚਲੇ ਕਿਆ, ਝਾੜੂ ਪੋਚਾ ਵੀ ਤਾਂ ਲਾਉਣਾ ਹੈ। ਵੈਰੀ ਫਨੀ ਜੀ, ਵੈਰੀ ਫਨੀ। ਖੈਰ ਛੱਡੋ ਜੀ, ਚਲੋ ਜੀ, ਤੁਹਾਡੀ ਸੁਨੀਤਾ ਆਈ ਹੈ।